ਮੈਂ ਨਹੀਂ ਪੀਂਦਾ ਧੱਕੇ ਨਾਲ ਪਿਆਉਂਦੇ ਨੇ ਲੋਕ। ਤਾਂ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਿਆਂ, ਇਹ ਖਬਰ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਪੈੱਗ ਲਾਉਣ ਦੇ ਸ਼ੌਕੀਨ ਨੇ, ਜਾਂ ਉਹ ਲੋਕ ਜਿਹੜੇ ਦਿਨ ਭਰ ਦਾ ਥਕੇਵਾਂ ਲਾਉਣ ਦੇ ਲਈ ਸ਼ਾਮ ਨੂੰ ਪੈੱਗ ਲਾ ਲੈਂਦੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਨਵਾਂ ਸਾਲ ਜਾਣੀ ਕਿ 2024 ਦੇ ਵਿੱਚ 27 ਦਿਨ ਠੇਕੇ ਬੰਦ ਰਹਿਣ ਵਾਲੇ ਨੇ। ਜੇ ਤੁਸੀਂ ਵੀ ਪੈੱਗ ਲਾਉਣੇ ਹੋ ਤਾਂ ਮੇਰੇ ਉਹ ਭਰਾ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ, ਕਿਉਂਕਿ 2024 ਦੇ ਵਿੱਚ 27 ਦਿਨ ਠੇਕੇ ਬੰਦ ਰਹਿਣਗੇ। ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਦੀ ਹਾਂ ਕਿ ਆਖਿਰ ਉਹ ਕਿਹੜੇ ਕਿਹੜੇ ਦਿਨ ਨੇ, ਕਿਹੜੇ ਮਹੀਨੇ ਦੇ ਕਿਹੜੇ ਦਿਨ ਨੇ ਜਿਹੜੇ ਉਹ ਠੇਕੇ ਬੰਦ ਰਹਿਣ ਵਾਲੇ ਨੇ। ਨਵਾਂ ਸਾਲ ਜਾਣੀ ਕਿ 2024 ਦੇ ਵਿੱਚ 27 ਦਿਨ ਡਰਾਈ ਡੇ ਆਉਣ ਵਾਲਾ, ਉਹ ਦਿਨ ਜਿਸ ਦਿਨ ਸਰਕਾਰੀ ਦੁਕਾਨਾਂ, ਕਲੱਬ, ਬਾਰ ਜਿੱਥੇ ਸ਼ਰਾਬ ਖਰੀਦੀ ਜਾਂ ਵੇਚੀ ਜਾਂਦੀ ਆ ਉਹ ਬੰਦ ਰਹਿਣਗੇ। ਇਹ ਕਿਸੇ ਤਿਉਹਾਰ ਜਾਂ ਚੋਣ ਦਾ ਦਿਨ ਵੀ ਹੋ ਸਕਦਾ। 26 ਜਨਵਰੀ ਵਰਗੀਆਂ ਰਾਸ਼ਟਰੀ ਛੁੱਟੀਆਂ ਸਣੇ 27 ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਗੱਲ ਜਨਵਰੀ ਦੀ ਕੀਤੀ ਜਾਵੇ, ਪਹਿਲਾ ਮਹੀਨਾ, ਤਾਂ ਜਨਵਰੀ ਦੇ ਵਿੱਚ 3 ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਮਕਰ ਸੰਕ੍ਰਾਂਤੀ ਜਾਣੀ ਕਿ 15 ਜਨਵਰੀ ਨੂੰ ਡਰਾਈ ਡੇ ਹੋਵੇਗਾ। ਇਸ ਤੋਂ ਬਾਅਦ 26 ਜਨਵਰੀ ਨੂੰ ਜਾਣੀ ਕਿ ਰਿਪਬਲਿਕ ਡੇ ਵਾਲੇ ਦਿਨ ਡਰਾਈ ਡੇ ਰਹੇਗਾ, ਅਤੇ 30 ਜਨਵਰੀ ਨੂੰ ਸ਼ਹੀਦ ਦਿਵਸ ਵਾਲੇ ਦਿਨ ਵੀ ਠੇਕੇ ਬੰਦ ਰਹਿਣਗੇ। ਤਾਂ ਗੱਲ ਫਰਵਰੀ ਦੀ ਕੀਤੀ ਜਾਵੇ, ਤਾਂ ਪੀਣ ਦੇ ਸ਼ੌਂਕ ਰੱਖਣ ਵਾਲਿਆਂ ਨੂੰ ਫਰਵਰੀ ਦੇ ਵਿੱਚ ਵੀ ਰਾਹਤ ਨਹੀਂ ਮਿਲੇਗੀ, ਕਿਉਂਕਿ ਇਸ ਮਹੀਨੇ ਸਿਰਫ 19 ਫਰਵਰੀ ਜਾਣੀ ਕਿ ਸੋਮਵਾਰ ਨੂੰ ਰਾਸ਼ਟਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਕਰਕੇ ਠੇਕੇ ਬੰਦ ਰਹਿਣਗੇ। ਮਾਰਚ ਮਹੀਨੇ ਦੇ ਵਿੱਚ 4 ਦਿਨ ਸਰਕਾਰੀ ਦੁਕਾਨਾਂ, ਕਲੱਬ, ਬਾਰ ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਸਵਾਮੀ ਦਯਾਨੰਦ ਦੀ ਜਯੰਤੀ ਕਰਕੇ 5 ਮਾਰਚ ਨੂੰ ਡਰਾਈ ਡੇ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ 8 ਮਾਰਚ ਨੂੰ ਸ਼ਿਵਰਾਤਰੀ ਵਾਲੇ ਦਿਨ ਠੇਕੇ ਬੰਦ ਰਹਿਣਗੇ, 25 ਮਾਰਚ ਹੋਲੀ, ਅਤੇ 29 ਮਾਰਚ ਗੁੱਡ ਫਰਾਈਡੇ ਵਾਲੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਗੱਲ ਅਪ੍ਰੈਲ ਦੀ ਕੀਤੀ ਜਾਵੇ, ਤਾਂ 4 ਦਿਨ ਅਪ੍ਰੈਲ ਦੇ ਵਿੱਚ ਵੀ ਡਰਾਈ ਡੇ ਹੋਵੇਗਾ, ਯਾਨੀ ਕਿ ਈਦ 10 ਅਪ੍ਰੈਲ ਨੂੰ ਠੇਕੇ ਬੰਦ, 14 ਅਪ੍ਰੈਲ ਨੂੰ ਅੰਬੇਦਕਰ ਜਯੰਤੀ ਕਰਕੇ ਠੇਕੇ ਬੰਦ, 17 ਅਪ੍ਰੈਲ ਨੂੰ ਰਾਮਨੌਮੀ ਕਰਕੇ, 21 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਕਰਕੇ ਸ਼ਰਾਬ ਦੀਆਂ ਦੁਕਾਨਾਂ ਠੇਕੇ ਬੰਦ ਰਹਿਣਗੇ। ਮਈ ਦੀ ਗੱਲ ਕੀਤੀ ਜਾਵੇ, 1 ਮਈ ਨੂੰ ਮਹਾਰਾਸ਼ਟਰ ਦਿਵਸ ਮੌਕੇ ਡਰਾਈ ਡੇ, ਹਾਲਾਂਕਿ ਜੂਨ ਦੇ ਮਹੀਨੇ ਵਿੱਚ ਕੋਈ ਵੀ ਡਰਾਈ ਡੇ ਨਹੀਂ ਹੋਵੇਗਾ। ਜੂਨ ਦਾ ਮਹੀਨਾ ਛੁੱਟੀਆਂ ਦਾ ਮਹੀਨਾ ਮੰਨਿਆ ਜਾਂਦਾ, ਉਸ ਮਹੀਨੇ ਦੇ ਵਿੱਚ ਕੋਈ ਵੀ ਡਰਾਈ ਡੇ ਨਹੀਂ ਹੋਵੇਗਾ। ਜੁਲਾਈ, ਅਗਸਤ ਅਤੇ ਸਤੰਬਰ ਦੇ ਵਿੱਚ 2-2 ਦਿਨ ਠੇਕੇ ਬੰਦ ਰਹਿਣਗੇ। 17 ਜੁਲਾਈ ਨੂੰ ਜਿਹੜਾ ਉਹ ਮੁਹਰਮ, 17 ਜੁਲਾਈ, 21 ਜੁਲਾਈ ਨੂੰ ਵੀ ਠੇਕੇ ਨੇ ਜਿਹੜੇ ਬੰਦ ਰਹਿਣਗੇ। ਜੇ ਗੱਲ ਅਗਸਤ ਦੀ ਕੀਤੀ ਜਾਵੇ, ਤਾਂ ਅਗਸਤ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਅਗਸਤ ਦੇ ਵਿੱਚ 2 ਦਿਨ, ਯਾਨੀ ਕਿ 15 ਅਗਸਤ ਵਾਲੇ ਦਿਨ ਠੇਕਾ ਬੰਦ ਰਹੇਗਾ। ਉਸ ਤੋਂ ਬਾਅਦ 11 ਦਿਨ, ਯਾਨੀ 26 ਅਗਸਤ ਨੂੰ ਜਿਹੜਾ ਉਹ ਜਨਮਾਸ਼ਟਮੀ ਕਰਕੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। 7 ਸਤੰਬਰ ਵਾਲੇ ਦਿਨ ਵੀ ਠੇਕੇ ਬੰਦ ਰਹਿਣਗੇ, ਅਤੇ ਇਹ ਸਿਰਫ ਮਹਾਰਾਸ਼ਟਰ ਦੇ ਵਿੱਚ ਲਾਗੂ ਹੋਵੇਗਾ। ਅਕਤੂਬਰ ਦੀ ਗੱਲ ਕੀਤੀ ਜਾਵੇ, ਤਾਂ 2 ਅਕਤੂਬਰ ਨੂੰ, ਕਿਉਂਕਿ 2 ਅਕਤੂਬਰ ਨੂੰ ਤਾਂ ਹਮੇਸ਼ਾ ਹੀ ਦੇਖਿਆ ਜਾਂਦਾ ਗਾਂਧੀ ਜਯੰਤੀ ਕਰਕੇ ਸ਼ੁਰੂ ਤੋਂ ਹੀ ਜਿਹੜੇ ਸ਼ਰਾਬ ਦੇ ਠੇਕੇ ਨੇ ਉਹ ਬੰਦ ਹੁੰਦੇ ਨੇ, ਉਸੇ ਤਰ੍ਹਾਂ ਇਸ ਵਾਰ ਵੀ ਬੰਦ ਰਹਿਣਗੇ। ਇਹ 2 ਅਕਤੂਬਰ ਤੋਂ ਬਾਅਦ 8 ਅਕਤੂਬਰ ਨੂੰ ਮਨਾਹੀ ਹਫ਼ਤਾ ਹੁੰਦਾ ਹੈ, ਜਿਸ ਦੇ ਕਰਕੇ ਮਹਾਰਾਸ਼ਟਰ ਦੇ ਵਿੱਚ ਠੇਕੇ ਬੰਦ ਰਹਿਣਗੇ। ਇਸ ਤੋਂ ਇਲਾਵਾ ਦੁਸ਼ਹਿਰੇ ਵਾਲੇ ਦਿਨ, ਯਾਨੀ ਕਿ 12 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ, ਅਤੇ 17 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕੀ ਜਯੰਤੀ 'ਤੇ ਵੀ ਡਰਾਈ ਡੇ ਰਹੇਗਾ। ਨਵੰਬਰ ਦਸੰਬਰ ਦੀ ਗੱਲ ਕਰ ਲਈ ਜਾਵੇ, ਤਾਂ 3 ਨਵੰਬਰ ਅਤੇ ਦਸੰਬਰ ਦੇ ਵਿੱਚ
ਇੱਕ ਦਿਨ, ਯਾਨੀ ਕਿ ਟੋਟਲ 4 ਦਿਨ ਠੇਕੇ ਬੰਦ ਰਹਿਣ ਵਾਲੇ ਨੇ। 1 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਡਰਾਈ ਡੇ ਰਹੇਗਾ, 12 ਨਵੰਬਰ ਨੂੰ ਕਾਰਤਿਕ ਜਿਹੜਾ ਬੰਦ ਰਹੇਗਾ, 15 ਨਵੰਬਰ ਨੂੰ ਗੁਰੂ ਨਾਨਕ ਜਯੰਤੀ 'ਤੇ ਵੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ ਸਾਲ ਦੇ ਆਖਰੀ ਮਹੀਨੇ ਦਸੰਬਰ ਦੇ ਵਿੱਚ 25 ਦਸੰਬਰ ਕ੍ਰਿਸਮਿਸ ਦੇ ਵਾਲੇ ਦਿਨ ਵੀ ਜਿਹੜਾ ਉਹ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਤਾਂ ਇਹ ਉਹ ਦਿਨ ਸੀ ਜਿਹੜੇ ਦਿਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ, ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ ਸਭ ਤੋਂ ਜ਼ਿਆਦਾ ਠੇਕੇ ਸਾਲ ਭਰ ਦੇ ਵਿੱਚ ਬੰਦ ਰਹਿਣ ਵਾਲੇ ਨੇ। ਤਾਂ ਉਹਨਾਂ ਲੋਕਾਂ ਦੇ ਲਈ ਜਿਹੜੇ ਸ਼ਰਾਬ ਦੇ ਸ਼ੌਕੀਨ ਨੇ, ਉਹ ਆਪਣਾ ਪ੍ਰਬੰਧ ਪਹਿਲਾਂ ਕਰ ਲਵੋ।